सूरज जी धोंदा जी डेरा शुजी जी खराला ग्रां जी मतलब खावर साहब जी ऑनर माशाल्लाह खूबसूरत माल रखे हैं जी 2022 कलेक्शन सूरज जी धोंदे जी दो धोंदे ना जी दो धोंदे माश खूबसूरत जी जो मैं लल तक सा अच्छा माशाल्लाह जी अल्हम्दुलिल्लाह दुआ जी माशाल्लाह जी माश दोए दोंदे जी खीरा खीरा अच्छा ये बड़ा खीरा माशाल्लाह खूबसूरत माल जी क्या बात है 2022 कलेक्शन माशाल्लाह खूबसूरत जी खूबसूरत जी माशाल्लाह सब माशा माशाल्लाह जी खूबसूरत खूबसूरत तो ये दोनों जी कालिया किले चौगा ये दोंदा चिट्टा हाँ चिट्टे सिंह खूबसूरत जी माश क्या बात खूबसूरत माश माशाल्लाह माशाल्लाह जैद भाई उसका कोई सहूलत है अगर बंदा परचेज करे तो वह कहना भी मैं ही लै जासा तुसा को रह सकना कोई ऐसा सहूलत बिल्कुल कोई मसला नहीं मतलब इतने रख सकता हूँ रख सकने भी ठीक है मतलब देखभाल भी कर सकते कोई मसला नहीं तो अगर वो कहना मैं चाहिए पिंडी वो फिर पिक एंड ड्रॉप भी थोड़े को सहूलत पहुँचा देता जी पिक एंड ड्रॉप भी सहूलत है जी शूजी कैटल फार्म माशाल्लाह अगर कोई बंदा
परचेज करके रखना चाहे ईद पर लैके जाना चाहे तो वह भी इन्हें सहूलत है जी भाई खूबसूरत माल जी माश खबर भाई की हाल ठीक हो माशाल्लाह जी तुहाड़ा डेरा बड़ा खूबसूरत खूबसूरत माल रखा है अल्लाह पाक बरकत पाए अल्लाह पाक नसीब करा दे ते खुराक फिर वही मेरा सवाल दोबारा भी खुराक शाक की ना दे रहे हो मतलब देसी खुराक है जी ना दे रहे हैं जी खल चोकर ना लाटा ला रहे हैं ते मकई जे कुछ भी देसी खुराक अच्छा। चल रहा है सारा कुछ ठीक है ते जड़ी चमक होनी खास तौर ते ना जिल्द ते इस वास्ते जी घ्यो भी इस्तेमाल होंदा ना देने रहने रूटीन ना लाटे नाल भी है तेल इस्तेमाल होंदा ਇਹ ਜਿਹੜਾ ਤੇਲ ਜਾਂ ਕਿਹਾ ਇਹ ਸਰਦੀਆਂ ਦੇ ਇਸਤੇਮਾਲ ਨਹੀਂ ਗਰਮੀਆਂ 'ਚ ਵੀ ਜ਼ਿਆਦਾ ਸਰਦੀਆਂ 'ਚ ਗਰਮੀ 'ਚ ਖੁਰਾਕ ਕੱਟ ਕਰਦੇ ਹਾਂ ਅੱਛਾ ਤੇਲ ਜਿਹੜਾ ਜਾਂ ਦੇਸੀ ਘੀ ਸਰਦੀਆਂ 'ਚ ਕੱਟ ਸਰੀਆ ਜ਼ਿਆਦਾ ਤੇ ਗਰਮੀਆਂ 'ਚ ਕੱਟ ਅੱਛਾ ਅਤੇ ਆਪਣੀ ਜਿਹੜਾ ਲੋਕੇਸ਼ਨ ਦੱਸੋ ਕੋਈ ਬੰਦਾ ਬਾਰੇ ਤੋਂ ਰਾਬਤਾ ਕਰੇ ਜਾਂ ਭਾਈ ਜਾਨ ਫਤਿਹਜੰਗ ਸ਼ਹਿਰ ਕ੍ਰਾਸ ਕਰਸਾ ਨਾ ਕੁਆਟ ਰੋਡ ਉੱਪਰ 2-3 ਕਿਲੋਮੀਟਰ ਹੈ ਠੀਕ ਹੈ ਇਸ ਤੋਂ ਕਿ ਹਾਈ ਸਕੂਲ ਪੰਪ ਬਣੇ ਉਸ ਤੋਂ ਅੰਦਰ ਖਰਾਲਾ ਗਰਾ ਹੈ ਸਹੀ ਉਸ ਲਿੰਕ ਰੋਡ ਉੱਪਰ ਹੈ ਉਸ ਲਿੰਕ ਰੋਡ ਉੱਪਰ ਮਾਸ਼ਾਅੱਲਾ ਤੇ ਤੁਸਾਂ ਦੀ ਰੇਂਜ ਇੱਥੇ ਕਿੱਥੋਂ ਸ਼ੁਰੂ ਸਟਾਰਟਿੰਗ ਤੇ ਐਂਡ ਕਿਸ ਕਿਸਮ ਦੇ ਯਾਰ ਕਿਸਮ ਦੇ ਰੇਂਜ ਚ ਨੇ ਕੋਈ ਪੰਜਾਬ ਲੈਣਾ ਚਾਹੇ ਪੰਜਾਬ ਦੇ ਵੀ ਡੰਗਰ ਅੱਛਾ ਪੰਜਾਬ ਵਾਲੀ ਰੇਂਜ ਕਿਤਨੀ ਕਿੱਥੋਂ ਲੈ ਕੇ ਕਿੱਥੇ ਤੱਕ ਤੁਹਾਡੇ ਪੰਜਾਬ ਵਾਲੇ 1.5 ਲੱਖ ਤੋਂ ਲੈ ਕੇ 2.25 ਲੱਖ ਇਸ ਰੇਂਜ ਚ ਹੈ ਤੇ ਜਿਹੜੇ ਜੰਗੀ ਨੇ ਜਿਹੜੇ ਇਹ ਸਾਰੇ 3 ਲੱਖ ਤੋਂ ਲੈ ਕੇ 5 6 7 8 ਲੱਖ ਤੱਕ ਹੈ 8 ਲੱਖ ਤੱਕ ਹੈ ਮਿਨੀਮਮ ਸਹੀ ਤੇ ਹੋਰ ਕੀ ਪਿਛਲੇ ਸਾਲ ਕਿੰਨਾ ਮਾਲ ਆਪਣਾ ਸੇਲ ਕੀਤਾ ਸੀ ਪਿਛਲੇ ਸਾਲ ਵੀ ਜੀ ਕੋਈ 15 ਤੋਂ 18 ਡੰਗਰ ਦੇਸੀ ਸਨ ਤੇ ਨਾਲ ਪੰਜਾਬ ਵਾਲੇ ਮਿਕਸ ਆਇਆ ਸਨ ਅਲੱਗ ਸਨ ਯਾਨੀ 30 ਪਲੱਸ ਹੈ ਨਹੀਂ ਆ 30 ਪਲੱਸ ਹੀ ਆ 5 ਤੋਂ 30 ਜਾਨਵਰ ਅੱਛਾ 5 ਤੋਂ 30 ਸਹੀ ਤੇ ਇਹ ਸ਼ੌਕ ਕਦੋਂ ਪੈਦਾ ਹੋਇਆ ਤੁਸੀਂ ਮਤਲਬ ਤੁਸੀਂ ਤਾਂ ਸ਼ਹਿਰ 'ਚ ਰਹਿੰਦੇ ਇਸਲਾਮਾਬਾਦ ਮਾਸ਼ਾਅੱਲਾ ਤੇ ਹੀ ਦੇਸੀ ਨਾਲ ਦੋਸਤ ਆ ਰਹੇ ਨੇ ਉਸਤਾਦ ਹੈ ਉਸਤਾਦ ਹੈ ਅੱਛਾ ਇਹਨਾਂ ਨਾਲ ਘੁੰਮਦੇ ਫਿਰਦੇ ਬਸ ਸ਼ੌਕ ਸ਼ੌਕ ਹੀ ਬਣਾ ਲਿਆ ਸੀ ਅੱਛਾ ਤੇ ਕੀ ਸ਼ੌਕ ਅੱਛਾ ਮਾਸ਼ਾਅੱਲਾ ਅੱਛਾ ਸ਼ੌਕ ਹੈ ਜੀ ਬਾਕੀ ਮਿਹਨਤ ਜ਼ਿਆਦਾ ਹੈ ਕਮਾਈ ਦਾ ਹਿਸਾਬ ਨਹੀਂ ਹੈ ਲੇਕਿਨ ਸ਼ੌਕ ਦੀ ਗੱਲ ਹੈ ਮਤਲਬ ਸ਼ੌਕ ਤਾਂ ਹੈ ਨਾ ਇਸੇ ਤਰ੍ਹਾਂ ਹੀ ਕਮਾਈ ਤੇ ਚਲੋ ਉਹ ਹੈ ਨਸੀਬ ਜੇ ਉਹ ਮਿਲ ਜਾਸੀ ਲੇਕਿਨ ਜ਼ਿਆਦਾ ਸ਼ੌਕ ਸ਼ੌਕ ਵਾਲੀ ਗੱਲ ਤੇ ਰੇਸ ਵਾਲੇ ਵੀ ਮੈਂ ਤੁਹਾਡੇ ਕੋਲ ਆਏ ਨਹੀਂ ਸਾਰੇ ਬਿਲਕੁਲ ਰੱਖੇ ਹਨ ਉਹ ਵੀ ਸ਼ੌਕ ਹੈ ਤੁਹਾਨੂੰ ਦੁਰਾਣੇ ਨਾ ਤੇ ਵੈਸੇ ਕਿੰਨਾ ਅਰਸਾ ਹੋ ਗਿਆ ਤੁਹਾਨੂੰ ਸ਼ੌਕ ਕਰਨਾ ਤਕਰੀਬਨ ਜੀ 10-11 ਸਾਲ ਹੋ ਗਏ ਅੱਛਾ ਮਤਲਬ ਪੁਰਾਣਾ ਸ਼ੌਕ ਹੈ ਤੁਹਾਨੂੰ ਮਾਸ਼ਾਅੱਲਾ ਜੀ ਤੇ ਡੇਰਾ ਸ਼ੇਰਾ ਆਪਣਾ ਜ਼ਾਤੀ ਡੇਰਾ ਸਾਲ ਦੇ ਵਿੱਚ ਆ ਗਿਆ ਡੇਰਾ ਅੱਛਾ ਇਹ ਜ਼ਾਤੀ ਲੈ ਕੇ ਫਾਰਮ ਬਣਾਇਆ ਜਗ੍ਹਾ ਆਪਣੇ ਲਈ ਮਾਸ਼ਾਅੱਲਾ ਜੀ ਇਹ ਖਬਰ ਬਾਈ ਜੀ ਮਾਸ਼ਾਅੱਲਾ ਇਸਲਾਮਾਬਾਦ ਤੋਂ ਜੀ ਐ ਜੀ ਮੁਹੰਮਦ ਸਾਹਿਬ ਕੈਸਰ ਭੱਟ ਕੈਸਰ ਭੱਟ ਸਾਹਿਬ ਜੀ ਐ ਜੀ ਸ਼ਹਿਦਾਦ ਸਾਹਿਬ ਮਾਸ਼ਾਅੱਲਾ ਜੀ ਮਾਸ਼ਾਅੱਲਾ ਮੌਲੀ ਵੀ ਖੜੇ ਨੇ ਜੀ ਅਹਿਮਦ ਸਾਹਿਬ ਜੀ ਅਹਿਮਦ ਹਸਨ ਸਾਹਿਬ ਇਹ ਤੁਹਾਡੇ ਸਾਰਾ ਦੇਖਭਾਲ ਹੀ ਕਰਦੇ ਨੇ ਜੀ ਮਾਸ਼ਾਅੱਲਾ ਜੀ ਮਿਹਨਤੀ ਬੰਦਾ ਤੇ ਜ਼ੈਦ ਭਾਈ ਐ ਜ਼ੈਦ ਭਾਈ ਜੀ ਇਹ ਪੂਰੀ ਟੀਮ ਹੈ ਤੁਹਾਡੀ ਮਤਲਬ ਜਿਹੜੀ ਪਿੱਛੇ ਵਰਕ ਕਰ ਰਹੀ ਜੀ ਬਿਹਾਈਂਡ ਦਾ ਸੀਨ ਮਾਸ਼ਾਅੱਲਾ ਤੇ ਨੰਬਰ ਅਗਰ ਦੱਸਣਾ ਚਾਹੋ ਤਾਂ ਬੰਦਾ ਰਾਬਤਾ ਕਰ ਦੇ 0312-312-5278 ਅੱਛਾ ਇਹ ਵਟਸਐਪ ਵੀ ਹੈ ਨਾ ਇਸੇ ਦੀ ਵਟਸਐਪ ਵੀ ਇਸ ਉੱਪਰ ਹੈ ਤੇ ਕੰਟੈਕਟ ਵਾਸਤੇ ਵੀ ਨੰਬਰ ਅੱਛਾ ਮਾਸ਼ਾਅੱਲਾ ਰਾਬਤਾ ਕਰਕੇ ਬੰਦਾ ਮਤਲਬ ਇੱਥੇ ਵਿਜ਼ਿਟ ਕਰ ਸਕਦਾ ਬਿਲਕੁਲ ਕਰ ਸਕਦਾ ਬਿਲਕੁਲ ਤੇ ਹੁਣ ਕੋਈ ਸੇਲ ਸ਼ੇਅਰ ਕੀਤੇ ਰਹੇ ਜਾਂ ਪਰਚੇਜ਼ ਹੀ ਕਰ ਰਹੇ ਹੋ ਪਰਚੇਜ਼ਿੰਗ ਕਰ ਰਹੇ ਮਜ਼ੀਦ ਹੋਰ ਵੀ ਆਏਗਾ ਮਾਲ ਜਾਂ ਇਨਸ਼ਾਅੱਲਾ ਤੇ ਦੂਸਰਾ ਜਿਹੜਾ ਉਹ ਦੁੰਬੇ ਦੇ ਬੱਕਰੇ ਨਾਲ ਕੋਈ ਹੈ ਬੱਕਰਿਆਂ ਦਾ ਹੈ ਜੀ ਦੁੰਬੇ ਤੇ ਘੱਟ ਹੀ ਹੁੰਦੇ ਨੇ ਬੱਕਰੇ ਜ਼ਿਆਦਾ ਹੁੰਦੇ ਨੇ ਈਦ ਤੇ ਬੱਕਰੇ ਵੀ ਕਰਦੇ ਬੜੀ ਮਾਸ਼ਾਅੱਲਾ ਮਤਲਬ ਉਹ ਵੀ ਅਗਰ ਕਿਸੇ ਬੰਦੇ ਦੀ ਜ਼ਰੂਰਤ ਹੈ ਤਾਂ ਉਹ ਰਾਬਤਾ ਕਰ ਸਕਦਾ ਗਿੱਡ ਹੋ ਗਏ ਖੁਸ਼ ਰਹੋ ਬਾਈ ਅਗਰ ਕੋਈ ਬੰਦਾ ਲੈਣਾ ਹੈ ਨਾ ਪਰਚੇਜ਼ ਕਰਨਾ ਹੈ ਅੱਛਾ ਕੁਝ ਹੁੰਦੇ ਨੇ 15 ਦਿਨ ਪਹਿਲੇ ਲੈ ਲਈ ਤੇ ਜਗ੍ਹਾ ਨਹੀਂ ਹੈ ਤੇ ਜਗ੍ਹਾ ਦਾ ਵੀ ਬੰਦੋਬਸਤ ਹੈ ਸਿਸਟਮ ਹੈ ਈਦ ਤੱਕ ਜਿਹੜਾ ਨਾ ਸੰਭਾਲਣ ਦਾ ਸਿਸਟਮ ਮੌਜੂਦ ਹੈ ਅੱਛਾ ਸਹੂਲਤ ਦੇ ਰਹੇ ਹੋ ਸਹੂਲਤ ਦੇ ਰਹੇ ਹਾਂ ਤੇ ਪਿਕ ਐਂਡ ਡਰਾਪ ਵੀ ਹੈ ਸਹੂਲਤ ਉਹ ਵੀ ਮਿਲ ਜਾਏਗੀ ਅਗਰ ਕੋਈ ਕਹੇਗਾ ਨਾ ਸਹੀ ਤੇ ਉਹ ਵੀ ਮਿਲ ਜਾਏਗੀ ਇਨਸ਼ਾਅੱਲਾ ਅੱਛਾ ਇਹ ਬੜੀ ਗੱਲ ਹੈ ਜੀ ਮਤਲਬ ਇੱਕ ਬੰਦਾ ਲੈਣਾ ਚਾਹੇ ਖਾਸ ਕਰਕੇ ਸ਼ਹਿਰੀ ਜਿਹੜੇ ਹਜ਼ਰਤ ਹਨ ਉਹਨਾਂ ਵਾਸਤੇ ਹੀ ਸਹੂਲਤ ਹੈ ਔਰ ਮਸਲਮ ਜਗ੍ਹਾ ਕਾਟਾ ਸ਼ਹਿਰਾਂ 'ਚ ਅਗਰ ਕੋਈ ਕਹਿੰਦਾ ਕਿ ਜੀ ਅਸੀਂ ਲੈਣੇ ਆ ਤੇ ਇਹਦਾ ਰੱਖਣ ਦੀ ਸਹੂਲਤ ਮੌਜੂਦ ਹੈ ਈ ਤੂੰ ਇੱਕ ਦਿਨ ਪਹਿਲੇ ਆ ਦੋ ਦਿਨ ਪਹਿਲੇ ਆ ਉਸ ਵਿੱਚ ਚਾਰजेस ਉਹ ਐਕਸਟਰਾ ਦੇ ਸਨ ਜਾਂ ਉਸ ਵਿੱਚ ਚਾਰजेस ਵਿੱਚ ਹੀ ਜਿਹੜਾ ਨਹੀਂ ਖੁਰਾਕ ਦਾ ਜਿਹੜਾ ਅੱਛਾ ਉਹ ਥੋੜਾ ਬਹੁਤ ਥੋੜੇ ਬਹੁਤ ਚਾਰजेस ਹਨ ਅੱਛਾ ਖੁਰਾਕ ਦੀ ਸਹੀ ਹੈ ਜ਼ਰੀ ਗੱਲ ਹੈ ਉਹ ਸ਼ਹਿਰ ਲੈ ਕੇ ਜਾਣਗੇ ਉੱਥੇ ਉਹਨਾਂ ਨੂੰ ਜ਼ਿਆਦਾ ਮਹਿੰਗਾ ਪੈ ਜਾਏਗਾ ਹਾਂ ਇੱਥੇ ਇੱਥੇ ਜਿਹੜਾ ਨਾ ਇੱਕ ਰੂਟੀਨ ਨਾ 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 ਚਲੋ ਅਸੀਂ 10 15 ਦਿਨ ਰੱਖ ਕੇ ਲੈਣਾ ਨੇ ਹਾਂ ਠੀਕ ਅੱਛਾ ਜਿਤਨਾ ਮਤਲਬ ਟਾਈਮ ਜ਼ਿਆਦਾ ਸੀ ਉਹ ਫਿਰ ਖੁਰਾਕ ਨਾ ਸਨ ਵਰਨਾ 10-15 ਦਿਨ ਨਾਲ ਕੋਈ ਹਫਤੇ 10 ਦਿਨ ਵਾਸਤੇ ਕੁਝ ਵੀ ਨੋ ਟੈਨਸ਼ਨ ਹਫਤੇ 10 ਦਿਨ ਵਾਸਤੇ ਬੇਫਿਕਰ ਇਹ ਸਪੈਸ਼ਲ ਸਹੂਲਤ ਦੇ ਰਹੀ ਹੈ ਚਲੋ ਜੀ ਅੱਲਾ ਅੱਲਾ ਜ਼ਦ ਦਾਉਨੇ ਜੀ ਖੁਸ਼ ਰਹੋ ਜੀ ਮਾਸ਼ਾਅੱਲਾ ਜੀ ਕੀ ਬਾਤ ਹੈ